ਨਵਦੀਪ ਜੀ, ਜਿੱਦਾਂ ਆਮ ਜਿਹੜੇ ਡੈਰੀ ਫਾਰਮਰ ਨੇ ਉਹ ਐਚ ਐਫ ਜਾਂ ਜਰਸੀ ਗਊਆਂ ਰੱਖ ਰਹੇ ਨੇ, ਅਤੇ ਤੁਸੀਂ ਇਹ ਆਇਰਸ਼ਾਇਰ ਬਾਰੇ ਕਿੱਦਾਂ ਸੋਚਿਆ ਜੀ, ਕਿਉਂ ਸੋਚਿਆ ਇਸ ਬਾਰੇ? ਸਾਡਾ ਸ਼ੁਰੂ ਤੋਂ ਹੀ ਰੈੱਡ ਐਂਡ ਵਾਈਟ ਨਾਲ ਲਗਾਵ ਰਿਹਾ ਜੀ, ਇਸ ਕਰਕੇ ਇਹ ਚੀਜ਼ ਬਿਲਕੁਲ ਡਿਫਰੈਂਟ ਹੈ ਜੀ। ਹਜੇ ਤੱਕ ਲੋਕਾਂ ਤੱਕ ਨਾ ਇਹ ਬਰੀਡ ਗਈ ਹੈ ਅਤੇ ਨਾ ਕਿਸੇ ਨੂੰ ਪਤਾ ਹੈ। ਅੱਛਾ, ਇਸ ਕਰਕੇ ਅਸੀਂ ਅੱਜ ਤੁਹਾਡੇ ਜ਼ਰੀਏ ਲੋਕਾਂ ਨੂੰ ਦੱਸ ਰਹੇ ਹਾਂ ਇਹਦੀਆਂ ਖਾਸੀਅਤ। ਇਹ ਜਾਣੀ ਇਹ ਤੁਹਾਡਾ ਪੰਜਾਬ ਦਾ ਪਹਿਲਾ ਫਾਰਮ ਇੱਦਾਂ? ਪੰਜਾਬ ਦਾ ਨਹੀਂ ਜੀ, ਇਹ ਪੂਰੇ ਇੰਡੀਆ ਦਾ ਪਹਿਲਾ ਫਾਰਮ ਹੋਊਗਾ ਆਇਰਸ਼ਾਇਰ ਦਾ। ਅੱਛਾ, ਹਾਂਜੀ। ਇਹਨਾਂ ਦੀ ਖੂਬੀ ਕੀ ਹੈ ਜਿਹੜੀ ਇਹ ਤੁਸੀਂ ਗਾਵਾਂ ਰੱਖੀਆਂ ਆਇਰਸ਼ਾਇਰ ਵਰਾਇਟੀ ਹੈ? ਇਹਨਾਂ ਦੀ ਖੂਬੀ ਇਹ ਹੈ ਜੀ, ਪਹਿਲਾਂ ਤਾਂ ਇਹਨਾਂ ਦਾ ਅਲੱਗ ਬੋਡੀ ਸਟਰਕਚਰ, ਅਲੱਗ ਇਹਨਾਂ ਦਾ ਕਲਰ, ਅਲੱਗ ਇਹਨਾਂ ਦੀ ਹਾਈਟ, ਉਸ ਤੋਂ ਬਾਅਦ ਇਹਨਾਂ ਦੀ ਮਿਲਕ ਦੀ ਕੁਆਲਿਟੀ ਬਹੁਤ ਜ਼ਿਆਦਾ ਵਧੀਆ ਜੀ। ਉਸ ਤੋਂ ਬਾਅਦ ਇਹਨਾਂ ਦੀ ਮਿਲਕ ਦੇਣ ਦੀ ਕਪੈਸਿਟੀ ਐਚ ਐਫ ਦੇ ਬਰਾਬਰ ਹੈ, ਪਰ ਖਰਚਾ ਐਚ ਐਫ ਤੋਂ ਘੱਟ ਹੈ। ਅੱਛਾ, ਐਚ ਐਫ ਤੋਂ ਖਰਚਾ ਘੱਟ ਹੈ? ਹਾਂਜੀ। ਅਤੇ ਦੁੱਧ ਇੱਕੋ ਜਿੰਨਾ? ਦੁੱਧ ਇੱਕੋ ਜਿੰਨਾ ਜੀ। ਫੈਟ ਵੀ ਉਹਨਾਂ ਜਿੰਨੀ ਜਾਂ ਘੱਟ ਹੈ ਉਹਨਾਂ ਤੋਂ? ਫੈਟ ਉਹਨਾਂ ਤੋਂ ਜੇ ਐਚ ਐਫ 3.0 ਜਾਂ 3.3 ਦੇ ਰਹੀ ਹੈ ਫੈਟ, ਤਾਂ ਇਹਦੀ ਫੈਟ 42-43 ਆਊਗੀ। ਅੱਛਾ, ਯਾਨੀ ਕਿ 1 ਲੀਟਰ ਪਿੱਛੇ 5-7 ਪੁਆਇੰਟ ਫੈਟ ਪਿੱਛੇ ਫਰਕ, ਮੰਨ ਲਓ ਗ੍ਰੈਵਿਟੀ ਦਾ ਹੀ ਹੋ ਗਿਆ। ਠੀਕ ਹੈ। ਉਸ ਤੋਂ ਬਾਅਦ ਰੇਟ ਪਿੱਛੇ, ਮਿਲਕ ਰੇਟ ਪਿੱਛੇ 5 ਰੁਪਏ ਤੋਂ 4-5 ਰੁਪਏ ਲੀਟਰ ਦਾ ਫਰਕ। ਠੀਕ ਹੈ, ਯਾਨੀ 1 ਲੀਟਰ ਪਿੱਛੇ 4-5 ਦਾ ਤਾਂ ਕਿਸਾਨ ਨੂੰ ਉਹ ਫਰਕ ਹੈ। ਹਾਂਜੀ। ਅਤੇ ਦੂਜਾ ਐਚ ਐਫ ਨਾਲੋਂ ਹੋਰ ਮੌਸਮ ਦਾ, ਜਿਵੇਂ ਜਿਹੜੀਆਂ ਉਹ ਗਾਵਾਂ ਨੇਗੀਆਂ, ਅਤੇ ਇਹ ਤੁਹਾਡੇ ਕੋਲ ਕਾਫੀ ਘੱਟ ਨੇ ਮੇਰੇ ਹਿਸਾਬ ਨਾਲ ਐਚ ਐਫ ਜਿਹੜੀਆਂ ਨੇ? ਅਸੀਂ ਹੌਲੀ ਹੌਲੀ ਜੀ ਆਇਰਸ਼ਾਇਰ ਆਉਣ ਵਾਲੇ ਦਿਨਾਂ ਵਿੱਚ ਆਇਰਸ਼ਾਇਰ ਫਾਰਮ ਬਹੁਤ ਵੱਡਾ ਵਿਕਸਿਤ ਕਰਾਂਗੇ। ਇੱਥੇ ਆਪਦੀ ਹੀ ਬਰੀਡ ਤਿਆਰ ਕਰਕੇ ਐਚ ਐਫ ਗਾਵਾਂ ਅਸੀਂ ਬਹੁਤ ਘੱਟ ਕਰ ਰਹੇ ਹਾਂ, ਕਿਉਂਕਿ ਇਹ ਗਰਮੀ ਦੇ ਵਿੱਚ ਬਹੁਤ ਜ਼ਿਆਦਾ ਬਿਮਾਰ ਹੁੰਦੀਆਂ ਨੇ। ਵੈਦਰ ਦੇ ਹਿਸਾਬ ਨਾਲ ਇਹ ਐਚ ਐਫ ਇੱਥੇ ਸ਼ੂਟ ਨਹੀਂ ਕਰਦੀ, ਸਰਦੀ 'ਚ ਤਾਂ ਠੀਕ ਹੈ, ਗਰਮੀ ਦੇ ਵਿੱਚ ਬਹੁਤ ਦਿੱਕਤ ਕ੍ਰੀਏਟ ਕਰਦੀਆਂ ਨੇ। ਇਹਨਾਂ ਦਾ ਮੈਡੀਸਨ ਖਰਚਾ ਐਚ ਐਫ ਤੋਂ ਬਹੁਤ ਘੱਟ ਹੈ, ਪੂਰੇ ਸੂਏ ਵਿੱਚ ਕਦੀ ਸਾਨੂੰ ਵੀ ਇਹਨਾਂ ਨੂੰ ਕੋਈ ਇੰਜੈਕਸ਼ਨ ਦੇਣ ਦੀ ਲੋੜ ਨਹੀਂ ਪਈ ਕਿਸੇ ਵੀ। ਅੱਛਾ, ਦਵਾਈਆਂ ਦਾ ਵੀ ਖਰਚਾ ਨਹੀਂ? ਦਵਾਈ ਦਾ ਖਰਚਾ ਬਿਲਕੁਲ ਘੱਟ ਹੈ। ਅੱਛਾ, ਇੱਕ ਨਵਦੀਪ, ਕਿ ਇਹ ਤੁਸੀਂ ਕੰਮ ਕਿੰਨੇ ਕੁ ਦੇਰ ਤੋਂ ਇਹ ਕਰ ਰਹੇ ਹੋ, ਜਿਹੜਾ ਤੁਹਾਨੂੰ ਇਹਨਾਂ 'ਤੇ ਤਜਰਬਾ ਕਿੰਨਾ ਗਿਆ ਆਇਰਸ਼ਾਇਰ 'ਤੇ? ਜਦੋਂ ਤੋਂ ਇਹ ਸਾਡਾ ਫਾਰਮ ਵਿਕਸਿਤ ਹੋਇਆ ਸੀ ਉਦੋਂ ਤੋਂ ਹੀ ਸਾਡੇ ਕੋਲ ਸੀ, ਇੱਕ ਸਾਈਡ ਐਚ ਐਫ ਸੀਗੀਆਂ, ਇੱਕ ਸਾਈਡ ਏ ਸੀਗੀਆਂ। ਅੱਛਾ। ਉਸ ਤੋਂ ਬਾਅਦ ਸਾਨੂੰ ਅੱਜ 7-8 ਸਾਲ ਹੋ ਗਏ ਇਸ ਕੰਮ ਕਰਦੇ ਨੂੰ। ਇਸ ਤੋਂ ਬਾਅਦ ਅਸੀਂ ਇਸ ਨਤੀਜੇ 'ਤੇ ਪਹੁੰਚੇ ਹਾਂ ਕਿ ਆਇਰਸ਼ਾਇਰ ਦਾ ਪ੍ਰਾਊਡ ਆਫ ਫਿਊਚਰ ਹੈ ਜੀ ਇਹ। ਇਹਦਾ ਸੀਮਨ ਤੁਸੀਂ ਕਿੱਥੋਂ ਲਿਆ ਸੀ ਇਹਨਾਂ ਦਾ? ਇਹ ਸੀਮਨ ਪਹਿਲਾਂ ਤਾਂ ਜੀ ਅਸੀਂ, ਇਹ ਸਕੋਟਲੈਂਡ ਦੀ ਬਰੀਡ ਹੈ ਜੀ, ਫਰਾਂਸ ਤੋਂ ਸੀਮਨ ਇੰਪੋਰਟ ਹੋਏ ਸੀ, ਵਿੱਚ ਜੀ ਸਪਲਾਈ ਗੌਰਮੈਂਟ ਕੋਲ ਵੀ ਆਈ ਸੀ, ਉਸ ਤੋਂ ਬਾਅਦ ਫਿਰ ਇਹ ਬੰਦ ਹੋ ਗਈ। ਸਾਡੇ ਕੋਲ ਉਸ ਟਾਈਮ ਸਮੇਂ ਦੀ ਸੀਮਨ ਪਏ ਸੀ, ਫਿਲਹਾਲ ਸਾਡੇ ਕੋਲ ਵੀ ਮੋਗੇ ਸੀ 2-3 ਸਾਲ ਪਹਿਲਾਂ, ਫਿਰ ਹੁਣ ਅਸੀਂ, ਸਾਡੇ ਕੋਲ ਇੱਕ ਬੁੱਲ ਸੀਗਾ ਰੈਡੀ ਕੀਤਾ ਹੋਇਆ ਜਿਹੜਾ ਤੁਸੀਂ ਦੇਖ ਸਕਦੇ ਹੋ, ਅਤੇ ਹੁਣ ਸਾਡੇ ਕੋਲ ਉਸ ਬੁੱਲ ਦੀ ਸੀਮਨ ਚੱਲ ਰਹੇ ਨੇ, ਅੱਗੇ ਅਸੀਂ ਐਚ ਐਫ ਨੂੰ ਵੀ ਉਸੇ ਬੁੱਲ ਦੀ ਸੀਮਨ ਦੇ ਰਹੇ ਹਾਂ, ਕਰੋਸਿੰਗ ਕਰਵਾ ਰਹੇ ਹਾਂ। ਠੀਕ ਹੈ, ਚਲੋ ਆਪਾਂ ਨਾਲੇ ਤੁਹਾਡੇ ਬੁੱਲ ਦੇਖਦੇ ਹਾਂ, ਅਤੇ ਨਾਲੇ ਆਪਣੇ ਨਾ ਦਰਸ਼ਕਾਂ ਨੂੰ ਤੁਸੀਂ ਇਹਨਾਂ ਦੇ ਜਿਹੜੇ ਥਣ ਵਗੈਰਾ ਨੇ ਸਾਰਾ ਇਹਨਾਂ ਦੇ ਸਰੀਰ ਦੀ ਬਣਤਰ ਵਗੈਰਾ ਦਿਖਾਓ ਜੀ। ਠੀਕ, ਹਾਂਜੀ ਹਾਂ। ਤੁਹਾਡਾ ਇਹਨਾਂ 'ਤੇ ਤਜਰਬਾ ਕਿੰਨੇ ਸਾਲ ਦਾ? ਸਾਡਾ ਇਹਨਾਂ ਤਜਰਬਾ ਤਕਰੀਬਨ 7-8 ਸਾਲ ਦਾ ਜੀ। ਅੱਛਾ, ਆਇਰਸ਼ਾਇਰ ਵਰਾਇਟੀ ਦੇ? ਹਾਂ। ਠੀਕ ਹੈ, ਅਤੇ ਹੁਣ ਜਿਹੜਾ ਤੁਹਾਡਾ ਇਹਦਾ ਬੁੱਲ ਵੀ ਤੁਹਾਡੇ ਕੋਲ ਤਿਆਰ ਹੋ ਚੁੱਕਿਆ? ਹਾਂਜੀ ਹਾਂ, ਠੀਕ, ਸਾਡੇ ਕੋਲ ਇਹਦਾ 3 ਸਾਲ ਦੀ ਏਜ ਵਿੱਚ ਤਿਆਰ ਹੈ ਜੀ। ਠੀਕ ਹੈ, ਹਾਂਜੀ। ਅਤੇ ਸੀਮਨ ਵਗੈਰਾ ਤੁਸੀਂ ਹੁਣ ਇਹਨਾਂ ਦਾ ਦੇ ਰਹੇ ਹੋ ਕਿਸਾਨਾਂ? ਹਾਂਜੀ, ਸੀਮਨ ਸਾਡੇ ਬੁੱਲ ਦੇ ਬਿਲਕੁਲ ਰੈਡੀ ਨੇ ਜੀ, ਬਹੁਤ ਵਧੀਆ ਰਿਜ਼ਲਟ ਨੇ, ਪਹਿਲੇ ਸੂਏ 25-30 ਲੀਟਰ ਦੇ ਰਿਜ਼ਲਟ ਨੇ ਜੀ। ਅੱਛਾ, ਹਾਂਜੀ, ਸਾਡੇ ਕੋਲ ਆਇਰਸ਼ਾਇਰ ਖੜੀਆਂ ਹੋਈਆਂ ਨੇ। ਠੀਕ ਹੈ, ਪਹਿਲੇ ਸੂਏ 25-30 ਲੀਟਰ, ਦੂਜੇ ਸੂਏ 32-35 ਲੀਟਰ ਤੱਕ ਦੇ। ਠੀਕ ਹੈ, ਹਾਂਜੀ। ਜਾਣੀ ਜਿਹੜੀ ਸਭ ਤੋਂ ਵੱਡੀ ਕਿਸਾਨਾਂ ਦੀ ਸਮੱਸਿਆ ਸੀ ਡੈਰੀ ਫਾਰਮਰਾਂ ਦੀ, ਉਹ ਸੀ ਬਿਮਾਰੀਆਂ ਲੱਗਣੀਆਂ ਚਾਹੀਆਂ। ਹਾਂਜੀ ਹਾਂ। ਅਤੇ ਦੂਜਾ ਦੁੱਧ ਜਿਹੜਾ ਲਗਾਤਾਰ ਘਟਾਉਂਦੇ ਜਾਣਾ। ਠੀਕ ਹੈ, ਅਤੇ ਗਰਮੀ ਨੂੰ ਬਰਦਾਸ਼ਤ ਨਾ ਕਰਦੇ ਹਾਂ। ਹਾਂਜੀ ਹਾਂ। ਅਤੇ ਇਹਨਾਂ 'ਚ ਸਾਰੇ ਗੁਣ ਨੇ। ਹਾਂਜੀ, ਠੀਕ। ਜੇ ਇਹ ਸਾਹੀਵਾਲ ਵਰਗੀ ਲੱਗ ਰਿਹਾ ਕੰਮ, ਸਾਹੀਵਾਲ ਗਾਵਾਂ ਬਹੁਤ ਜ਼ਿਆਦਾ ਚੱਲਦੀਆਂ ਨੇ? ਹਾਂਜੀ, ਚੱਲਦੀਆਂ ਤਾਂ ਹੈ ਨੇ, ਸਾਹੀਵਾਲ ਦੇਸੀ ਨਸਲ ਹੈ ਜੀ। ਠੀਕ ਹੈ, ਉਹਨਾਂ ਨੂੰ ਮਸ਼ੀਨ ਵਗੈਰਾ ਲਾ ਕੇ ਚੋਇਆ ਨਹੀਂ ਜਾਂਦਾ। ਹਾਂ, ਇਹ ਹੈਗੀਆਂ ਨੇ ਆਪਣੀ ਵਿਦੇਸ਼ੀ ਨਸਲ, ਜਿਵੇਂ ਜਰਸੀ ਹੋ ਗਈ, ਆਇਰਸ਼ਾਇਰ ਹੋ ਗਈ, ਜੋ ਜ਼ਿਆਦੀਆਂ ਵਿਕਸਿਤ ਨੇ ਐਚ ਐਫ ਤੋਂ। ਅੱਛਾ, ਇਸ ਦੇ ਲਈ ਇਹ ਜ਼ਿਆਦਾ ਬੈਸਟ ਹੈ ਜੀ। ਜਿਵੇਂ ਇਹ ਮੁੰਡਾ ਆਪਣੇ ਦੇਖ ਰਹੇ ਹਾਂ ਕਿ ਜਿਹੜੀ ਗਊ ਦੇ ਥਣ ਦਿਖਾਏ ਜਾ ਰਹੇ ਨੇ, ਇਹ ਕਿੰਨਾ ਦੁੱਧ ਇਹਦਾ? ਇਹਦਾ ਵੀਰ ਜੀ ਇਹ ਹੁਣ ਇਹ 3 ਸੂਏ ਦੀ ਗਾਂ ਹੈ ਜੀ ਇਹ। ਠੀਕ ਹੈ, ਇਸ ਟਾਈਮ ਵੀ ਇਹ ਥੱਲੇ 32 ਲੀਟਰ ਦੁੱਧ ਹੈਗਾ ਜੀ। ਅੱਛਾ, ਅਤੇ ਅੱਗੋਂ ਇਹ 3 ਮਹੀਨਿਆਂ ਦੀ, 3.5-3 ਮਹੀਨਿਆਂ ਦੀ ਪ੍ਰੈਗਨੈਂਟ ਵੀ ਹੈਗੀ ਹੈ। ਠੀਕ ਹੈ, ਯਾਨੀ ਕਿ ਇਹ ਆਪਣਾ ਨਵੰਬਰ ਦੇ ਵਿੱਚ ਇਹ ਡਿਲੀਵਰੀ ਹੋਈ ਸੀ ਇਹਦੀ। ਇਹ ਜਿਹੜੀ ਇਹ ਆਪਣੀ ਜਿਹੜੀ ਇੱਧਰ ਆ ਦਿਖਾਇਓ ਇੱਧਰ ਜਿਹੜੀ ਬਾਹਰਲੀ ਸਾਈਡ 'ਤੇ, ਇਹ ਵੱਛੀ ਹੈ ਕਿ ਇਹਨਾਂ ਦੀ? ਹਾਂਜੀ ਹਾਂ, ਇਹ ਆਪਣੇ ਬੁੱਲ ਦੇ ਸੀਮਨ ਦੀ ਵੱਛੀ ਹੈ ਜੀ। ਅੱਛਾ, ਇਹ ਆਪਣੀ 10 ਮਹੀਨਿਆਂ ਦੀ ਵੱਛੀ ਹੈ ਜੀ ਅਜੇ। ਅੱਛਾ, ਅਤੇ ਇਹ ਅੱਗੇ ਹੈ ਸੂਣ ਵਾਲੀ? ਹਜੇ ਵੀਰ ਜੀ ਇਹਨੂੰ AI ਨਹੀਂ ਕਰਵਾਈ ਹੋਈ। ਅੱਛਾ, ਹਾਂਜੀ। ਇਸ ਦੇ ਬਾਵਜੂਦ ਵੀ ਇਹ ਦਿਖਾਇਓ ਜੀ 10 ਮਹੀਨੇ, ਆਹ ਤਾਂ ਬਹੁਤ ਕਮਾਲ ਹੈ ਜੀ। ਪਿਆਰੇ ਦਰਸ਼ਕੋ, ਜਿਵੇਂ ਕਿਸਾਨ ਵੀਰੋ ਤੁਸੀਂ ਵੇਖ ਰਹੇ ਹੋ, 10 ਮਹੀਨਿਆਂ ਦਾ ਬੱਚਾ ਇਹ, ਅਤੇ ਇਹਦੇ ਥਣ ਦਿਖਾਇਓ ਇਹਦੇ, ਇਹਦਾ ਜਾਣੀ ਹਾਲੀ ਤੁਸੀਂ ਖੁਦ ਹੀ ਰੁਕੇ ਹੋਏ ਹੋ? ਹਾਂਜੀ, ਖੁਦ ਰੁਕੇ। ਕਦੋਂ ਇਸਦਾ ਟ੍ਰੀਟਮੈਂਟ ਕਰੋਗੇ? ਬਸ ਇਹ 1 ਮਹੀਨੇ ਦੇ ਵਿੱਚ ਇਹਦੀ ਇਹ ਹੋ ਜੂਗੀ ਜੀ। ਅੱਛਾ, ਯਾਨੀ 11 ਮਹੀਨੇ ਦੀ ਰੈਡੀ ਅੱਗੇ? 11-12 ਮਹੀਨੇ ਵਿੱਚ ਇਹਦੀ
ਬਹੁਤ ਹੀ ਬਹੁਤ ਵਧੀਆ ਲੱਗੇ। ਅਤੇ ਇੱਕ ਤੁਹਾਡਾ ਨਾ ਤੁਸੀਂ ਬੁੱਲ ਕਹਿ ਰਹੇ ਸੀ, ਇਹਦੇ ਬੱਚੇ ਇਹਨਾਂ ਦੇ ਅੱਗੇ ਜਿਹੜੇ ਨੇ, ਹਾਂਜੀ ਉਹ ਤੁਹਾਡੇ ਬੁੱਲ ਤੋਂ, ਹਾਂਜੀ ਹਾਂ, ਪਹਿਲਾਂ ਬੁੱਲ ਦਿਖਾ ਦਿਓ ਜੀ, ਆ ਜਾਓ ਇੱਧਰ ਆਪਾਂ ਇਹਨਾਂ ਦਾ ਬੁੱਲ ਦੇਖੀਏ। ਉਮਰ ਹੋ ਗਈ ਜੀ 3 ਈਅਰ ਦੀ, ਇਹ 18 ਮਹੀਨੇ ਦੇ ਵਿੱਚ ਇਹਦੀ ਸਰਵਿਸ ਅਸੀਂ ਲੈਣੀ ਸ਼ੁਰੂ ਕਰਤੀ ਸੀ ਜੀ। ਅੱਛਾ, ਹਾਂਜੀ। ਅਤੇ ਹੁਣ ਤੁਸੀਂ ਜਿਹੜੇ ਸੀਮਨ ਏਸੇ ਦੇ ਦੇ ਰਹੇ ਹੋ? ਹਾਂਜੀ, ਸੀਮਨ ਏਸੇ ਦੇ ਰਹੇ ਹਾਂ ਜੀ। ਠੀਕ ਹੈ। ਅਤੇ ਜਿਹੜੀ ਇਹਦਾ ਸ਼ੁਰੂ ਵਿੱਚ ਤੁਸੀਂ ਸੀਮਨ ਕਿੱਥੋਂ ਮੰਗਵਾਇਆ ਸੀ? ਇਹ ਵੀਰ ਜੀ ਆਪਣਾ ਕੋਰਲ ਸੀਮਨ ਫਰਾਂਸ ਤੋਂ ਇੰਪੋਰਟ ਹੋਇਆ ਸੀ, ਉਹਦਾ ਬੱਚਾ ਇਹ, ਜਿਹੜਾ ਕਿ ਤਕਰੀਬਨ 12,000 ਲੀਟਰ ਦਾ ਸੀਗਾ ਉੱਧਰ ਦਾ। ਇੱਧਰ ਇਹਦੀ ਮਾਂ ਦਾ ਮਿਲਕ ਰਿਕਾਰਡ 33 ਲੀਟਰ ਸੀ ਫਸਟ ਲੈਕਟੇਸ਼ਨ 'ਚ। ਅੱਛਾ, ਹਾਂਜੀ। ਅਤੇ ਉਸ ਤੋਂ ਬਾਅਦ 'ਚ ਤੁਸੀਂ ਕੰਪਨੀ ਨਾਲ ਰਾਬਤਾ ਨਹੀਂ ਕਾਇਮ ਕਰਿਆ, ਜਾਣੀ ਤੁਸੀਂ ਆਪ ਸੋਚਿਆ ਵੀ ਇਹਦਾ ਅੱਗੇ ਤਿਆਰ ਕਰਿਆ? ਹਾਂਜੀ ਹਾਂ। ਠੀਕ ਹੈ। ਸਾਡੀ ਇਹ ਖੁਆਇਸ਼ ਸੀਗੀ ਕਿਸਾਨ ਭਰਾਵਾਂ ਤੱਕ ਇੱਕ ਵਧੀਆ ਬਰੀਡ ਪਹੁੰਚਾਈ ਜਾਵੇ, ਕਿਉਂਕਿ ਇਹਦੇ ਇਸ ਨਸਲ ਦੇ ਸੀਮਨ ਬਾਹਰੋਂ ਕਿਸੇ ਵੀ ਤਰੀਕੇ 'ਚ ਇੰਪੋਰਟ ਨਹੀਂ ਹੋ ਰਹੇ, ਅਤੇ ਬਿਲਕੁਲ ਬੰਦ ਰਹੇ, ਨਾ ਇੰਡੀਆ 'ਚ ਇਹਦੇ ਨਾਲ ਦਾ ਕੋਈ ਹੋਰ ਬੁੱਲ ਹੈਗਾ। ਤੁਹਾਡਾ ਸੰਪਰਕ ਕਿਵੇਂ ਹੋਇਆ? ਖਾਸ ਗੱਲ ਇਹ ਲੱਗੀ ਜਾ ਰਹੀ ਹੈ ਸਾਨੂੰ ਐਰ ਸ਼ਹਿਰ ਨਾਲ, ਤੁਹਾਡਾ ਸੰਪਰਕ ਕਿਵੇਂ ਬਣਿਆ? ਪਰ ਸਾਨੂੰ ਵੇਖਣ ਦੇ ਵਿੱਚ ਹੀ ਬਹੁਤ ਡਿਫਰੈਂਟ ਲੱਗੀ ਜੀ ਬਰੀਡ। ਨਹੀਂ, ਪਹਿਲੀ ਵਾਰੀ ਤੁਹਾਨੂੰ ਮੌਕਾ ਕਿਵੇਂ ਮਿਲਿਆ ਸੀ, ਕਿਉਂਕਿ ਪਹਿਲੀ ਵਾਰੀ ਕਿਸੇ ਨੂੰ ਪਤਾ ਹੀ ਨਹੀਂ ਹੁੰਦਾ ਵੀ ਕਿੱਥੇ? ਪਹਿਲੀ ਵਾਰੀ ਦੇਖੋ ਜੀ, ਆਪਾਂ ਨੈਟ 'ਤੇ ਜਿਵੇਂ ਦੇਖਦੇ ਰਹੀਏ, ਸਰਚ ਕਰਦੇ ਰਹੀਏ, ਤਾਂ ਤੁਹਾਨੂੰ ਤਕਰੀਬਨ 15 ਤੋਂ 20 ਤਰ੍ਹਾਂ ਦੀਆਂ ਗਾਵਾਂ ਦੀ ਨਸਲਾਂ ਦਿਖਣਗੀਆਂ, ਜਿਹਦੇ ਵਿੱਚੋਂ ਸਾਨੂੰ ਇੱਕ ਇਹ ਵੀ ਡਿਫਰੈਂਟ ਲੱਗੀ। ਅਸੀਂ ਇਹਦੇ ਬਾਰੇ ਰਿਸਰਚ ਕੀਤੀ, ਹੌਲੀ 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 ਚਲੋ ਮਿਲਦੇ ਮਿਲਦੇ ਸਾਨੂੰ ਮਿਲੀ ਗਏ। ਕਿਹਦੇ ਨਾਲ ਸੰਪਰਕ ਹੋਇਆ ਸੀ ਤੁਹਾਡਾ? ਉਸ ਤੋਂ ਬਾਅਦ ਜਦੋਂ ਅਸੀਂ ਡਾਕਟਰ ਨਾਲ ਸੰਪਰਕ ਕੀਤਾ, ਜੋ ਵੱਡੀਆਂ ਵੱਡੀਆਂ ਕੰਪਨੀਆਂ ਸੀਗੀਆਂ, ਜਦੋਂ ਕਿਤੇ ਮੇਲੇ 'ਤੇ ਜਾਣਾ, ABS ਹੋ ਗਈਆਂ, ਵਰਲਡ ਵਾਈਡ ਹੋ ਗਿਆ, ਉਹਨਾਂ ਨੇ ਪੁੱਛਿਆ ਵੀ, ਉਹਨਾਂ ਨੇ ਕਹਿਣਾ ਨਹੀਂ ਨਹੀਂ। ਫਿਰ ਦੁਬਾਰੇ ਕੁਦਰਤੀ ਕੋਈ ਡਾਕਟਰ ਨਾਲ ਗੱਲ ਕੀਤੀ, ਉਹਨਾਂ ਨੇ ਕਿਹਾ ਵੀ ਆਪਣੇ ਕੋਲ ਗੌਰਮੈਂਟ 'ਚ ਵੀ ਸਪਲਾਈ ਆਈ ਹੋਈ ਹੈ ਫਰਾਂਸ ਦੇ ਇੰਪੋਰਟੈਂਟ ਸੀਮਨਾਂ ਦੀ, ਤੁਸੀਂ ਉਹ ਚੈੱਕ ਕਰੋ। ਅਸੀਂ ਉਹਨਾਂ ਦੇ ਕੁਛ ਸਟਰਾ ਲਿਆਂਦੇ, ਜਦੋਂ ਅਸੀਂ ਉਹਨਾਂ ਦੇ ਰਿਜ਼ਲਟ ਦੇਖੇ ਤਾਂ ਫਿਰ ਸਾਨੂੰ ਜਿਹੜੀ ਚੀਜ਼ ਸਾਨੂੰ ਚਾਹੀਦੀ ਸੀ ਉਹੀ ਚੀਜ਼ ਸਾਨੂੰ ਮਿਲ ਗਈ। ਫਿਰ ਉਸ ਤੋਂ ਬਾਅਦ ਸਾਡਾ ਅਸੀਂ ਉਹਦੇ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਅੱਛਾ, ਠੀਕ ਹੈ। ਜਾਣੀ ਤੁਸੀਂ ਪੂਰੀ ਤਰ੍ਹਾਂ ਹੁਣ 100% ਕਾਮਯਾਬ ਹੋ ਚੁੱਕੇ? ਹਾਂਜੀ ਹਾਂਜੀ, ਸਾਡੇ ਕੋਲ ਬਿਲਕੁਲ 100% ਹੈ ਜੀ, ਪਿਓਰ ਜੀ। ਅਤੇ ਇਹਦੇ ਤੁਸੀਂ ਬੱਚੇ ਕਹਿ ਰਹੇ ਸੀ ਦਿਖਾਉਣ ਵਾਸਤੇ? ਹਾਂਜੀ, ਆਹ ਦੇਖੋ ਜੀ, ਇਹ ਵੀ 10 ਮਹੀਨੇ ਦਾ ਕਾਫ ਹੈ ਜੀ ਆਪਣੇ ਬੁੱਲ ਦਾ। ਇਹ ਆਪਣਾ 2 ਮਹੀਨੇ ਦਾ ਕਾਫ ਹੈ ਜੀ ਆਪਣੇ ਬੁੱਲ ਦਾ। ਅੱਛਾ, ਇਹ ਕਿੰਨੀ ਉਮਰ ਦਾ ਜੀ? 2 ਮਹੀਨੇ ਦਾ ਜੀ, ਤਕਰੀਬਨ ਇਹਦਾ 90 ਤੋਂ 95 ਕਿਲੋ ਵੇਟ ਗੇਨ ਕਰ ਚੁੱਕਾ ਹੈ। ਅੱਛਾ, ਹਾਂਜੀ, ਠੀਕ ਹੈ। ਅਤੇ ਇਹਦੇ 1 ਉਹ ਹੋ ਗਿਆ, 2 ਦੋ ਇੱਕ ਇਹ ਰਿਹਾ ਜੀ ਇੱਧਰ। ਅੱਛਾ, 10 ਮਹੀਨੇ ਦੀ ਇਹ ਵੀ ਤਕਰੀਬਨ, ਇਹ ਤਾਂ ਉਹ ਬਰਾਬਰ ਹੀ ਨੇ, 10 ਮਹੀਨੇ ਏਜ ਹੈ ਜੀ, ਬਹੁਤ ਵਧੀਆ। ਠੀਕ ਹੈ। ਅਤੇ ਇਹਨਾਂ ਦੀ ਖੁਰਾਕ ਕੀ ਹੈ ਨਵਦੀਪ? ਖੁਰਾਕ ਇਹਨਾਂ ਦੀ ਗਾਵਾਂ ਨੂੰ ਤਾਂ ਦੁੱਧ ਦੇ ਹਿਸਾਬ ਨਾਲ 2.5 ਕਿਲੋ ਪਿੱਛੇ, 2.5 ਲੀਟਰ ਪਿੱਛੇ 1 ਕਿਲੋ ਫੀਡ ਦੇਈਦੀ ਹੈ ਜੀ। ਅੱਛਾ, ਅਤੇ ਬਾਕੀ ਇਹਨਾਂ ਨੂੰ ਵਹਿੜੀਆਂ ਨੂੰ ਜੀ ਬੋਡੀ ਵੇਟ ਦੇ ਹਿਸਾਬ ਨਾਲ 2 ਤੋਂ 2.5 ਕਿਲੋ ਫੀਡ। ਇੱਕ ਨਵਦੀਪ, ਤੁਸੀਂ ਇਸ ਦੇ ਬਾਰੇ ਤੁਹਾਡਾ ਕੀ ਤਜਰਬਾ ਵੀ, ਜਿੱਦਾਂ ਕਿਉਂਕਿ ਲੋਕ ਪਰਿਵਾਰਾਂ 'ਚ ਵੀ ਤਾਂ ਰੱਖਦੇ ਨੇ ਨਾ ਆਪਣੇ, ਕੋਈ ਜ਼ਰੂਰੀ ਨਹੀਂ ਸਾਰੇ ਡੈਰੀ ਫਾਰਮ ਬੰਦੇ, ਉਹਨਾਂ ਵਾਸਤੇ ਤੁਹਾਡਾ ਕੀ ਸੁਝਾਅ ਹੈ ਇਹਨਾਂ ਨੂੰ ਰੱਖਣਾ ਚਾਹੀਦਾ? ਸਾਡਾ ਇਹ ਮਕਸਦ ਹੈ ਜੀ, ਜਿਹੜੇ ਕਿਸਾਨ ਭਰਾ ਜਾਂ ਛੋਟੇ ਡੇਅਰੀ ਫਾਰਮਰ ਜਾਂ ਘਰਾਂ ਦੇ ਵਿੱਚ ਪਸ਼ੂ ਰੱਖਦੇ ਨੇ ਜੋ, ਉਹ ਇਹ ਗਾਵਾਂ ਰੱਖਣ। ਇਹ ਤਾਂ ਦੁੱਧ ਬਹੁਤ ਹੀ ਪ੍ਰੋਟੀਨ ਯੋਗ ਹੈ, ਪੀਣ ਯੋਗ ਹੈ, HF ਤੋਂ ਜ਼ਿਆਦਾ ਬੈਸਟ ਹੈ। ਜਾਣੀ ਨਾਲੇ ਉਹ ਦਵਾਈਆਂ ਦਾ ਸਾਰਾ ਝੰਡਾ ਕੋਈ ਇਹਨਾਂ ਦਾ, ਜਿੱਥੇ HF ਦੇ ਉੱਪਰ ਮੈਡੀਸਨ ਯੂਜ ਹੋ ਰਹੀ ਹੈ ਉੱਥੇ ਦੁੱਧ ਵਿੱਚ ਵੀ ਮੈਡੀਸਨ ਆਊਗੀ ਆਊਗੀ ਆਊਗੀ। ਹਾਂਜੀ, ਇਹ ਗੱਲ, ਇਹ ਵੀ ਤੁਹਾਡਾ ਪਲੱਸ ਪੁਆਇੰਟ ਹੈ ਵੀ ਜਿੱਥੇ ਆਪਾਂ ਜਦੋਂ ਡੰਗਰ ਨੂੰ ਆਪਾਂ ਜ਼ਹਿਰ ਦੇ ਰਹੇ ਹਾਂ, ਹਾਂਜੀ ਹਾਂ, ਤਾਂ ਆਪਾਂ ਵੀ ਅੱਗੇ ਉਹੀ ਖਾਣਾ। ਹਾਂਜੀ ਹਾਂ, ਠੀਕ ਹੈ। ਜਾਣੀ ਇਹਦੇ ਨਾਲ ਕਿਸਾਨਾਂ ਨੂੰ ਇੱਕ ਬਹੁਤ ਵੱਡੀ ਉਮੀਦ ਰੱਖਣੀ ਚਾਹੀਦੀ। ਅਤੇ ਆਪਣਾ ਫੋਨ ਨੰਬਰ ਬੋਲ ਦਿਓ ਤੁਸੀਂ। ਮੇਰਾ ਨੰਬਰ ਹੈ ਜੀ 9304000100। ਜੀ, ਜਿਹੜੇ ਇਹਨਾਂ ਦੇ ਸੀਮਨ ਦੇ ਨੇ ਉਹ ਟੀਕੇ, ਤੁਸੀਂ ਕਿੰਨੇ ਕੁ ਉਪਲਬਧ ਕਰਾ ਸਕਦੇ ਹੋ ਮਹੀਨੇ 'ਚ? ਇਹਨਾਂ ਦੇ ਸੀਮਨ ਦੇ, ਆਇਰਸ਼ਰ ਦੇ ਸੀਮਨ ਅਸੀਂ 1 ਮਹੀਨੇ ਵਿੱਚ 2,000 ਸਟਰਾ ਲੋਕਾਂ ਨੂੰ ਦੇ ਸਕਦੇ ਹਾਂ ਜੀ। ਅੱਛਾ, ਹਾਂਜੀ। ਇਹਦੀ ਕੀਮਤ ਕਿੰਨੀ ਕੁ ਰੱਖੀ? ਇਹਦੀ ਕੀਮਤ 300 ਰੁਪਏ ਪਰ ਡੋਜ਼ ਹੈ ਜੀ। ਅੱਛਾ, ਹਾਂਜੀ। ਅਤੇ ਜਿਹਦੇ ਵਿੱਚ ਇਹਦੀ ਮੋਰਟੈਲਿਟੀ ਬਹੁਤ ਜ਼ਿਆਦਾ ਬੈਸਟ ਹੈ। ਇਹਦੀ ਲਾਈ ਹੋਈ ਜਿੱਥੋਂ ਅਸੀਂ ਸੀਮਨ ਬੈਂਕ ਤੋਂ ਸੀਮਨ ਤਿਆਰ ਕਰਵਾਏ ਸੀ, ਉੱਥੇ ਉਹਨਾਂ ਦੇ ਡਾਕਟਰ ਸਾਹਿਬ ਕਹਿ ਰਹੇ ਸੀ ਕਿ ਜੋ ਸੀਮਨ ਲੱਗੇਗਾ ਜਿਹੜੀ ਗਾ ਨੂੰ ਉਹ ਰਿਪੀਟ ਨਹੀਂ ਕਰੇਗੀ। ਠੀਕ ਹੈ, ਹਾਂਜੀ। ਵੀਰ ਜੀ ਦੀ ਕੁਆਲਿਟੀ ਬਹੁਤ ਹੀ ਜ਼ਿਆਦਾ ਬੈਸਟ ਹੈ ਜੀ। ਠੀਕ ਹੈ। ਅਤੇ ਜਿਹੜੀ ਇਹ ਗਊਆਂ ਨੇ ਗੀਆਂ, ਜੇ ਕੋਈ ਖਰੀਦਣਾ ਚਾਹੇ ਜਾਂ ਮਤਲਬ ਫਿਰ ਉਹ ਤੁਹਾਡੇ ਨਾਲ ਸੰਪਰਕ ਕਰੇ? ਹਾਂਜੀ ਹਾਂ, ਸਾਡੇ ਨੰਬਰਾਂ 'ਤੇ ਸੰਪਰਕ ਕਰ ਲੈਣ ਜੀ, ਜੀ ਜਿਵੇਂ ਜਿਵੇਂ ਸਾਨੂੰ ਕੋਈ ਰਿਕੁਆਇਰਮੈਂਟ ਹੋਈ ਅਸੀਂ ਦੱਸਦੇ ਜਾਵਾਂਗੇ ਜੀ। ਠੀਕ ਹੈ ਜੀ, ਹਾਂਜੀ। ਸੋ ਕਿਸਾਨ ਵੀਰੋ, ਇਹ ਸਨ ਸਾਡੇ ਨਾਲ ਨਵਦੀਪ ਵਿਰਕ, ਆਇਰਸ਼ਾਇਰ ਕੋ ਫਾਰਮ, ਸ਼ੇਰਗੜ੍ਹ ਨੇੜੇ ਖਨੌਰੀ। ਅਤੇ ਦਿਓ ਜਾਇਜ਼, ਬਹੁਤ ਬਹੁਤ ਧੰਨਵਾਦ।